ਦਿੱਤਾ ਤੇ ਅਬੂਲਾ ਪੂਰੀ ਮਰ ਗਏ। ਹਜ਼ਰਤ ਬਾਪ ਨੇ ਅਜੂਰਾ ਪੁੱਛਿਆ, ਅਬੂਲਾ ਆਪਦਾ ਕਿਹੜੇ ਹਾਲ ਹੈ, ਮੈਂ ਖਾਬਾ ਚ ਵੇਖਣਾ ਚਾਹੁੰਦਾ। ਖਾਬਾ ਚ ਵੇਖਿਆ ਤੇ ਪੁੱਛਿਆ, ਸੁਣਾ ਕੇ ਹਾਲ ਹੈ, ਅਤੇ ਬੜਾ ਰਗੜਾ ਚੜਿਆ, ਮੈਂ ਕਮਲੀ ਵਾਲੇ ਦੇ ਮੁਖਾਲਫ ਆਇਆ, ਪਰ ਸਵਾਰ ਦਾ ਦਿਲ ਆਉਂਦਾ, ਮੇਰੀ ਉਹ ਉਂਗਲ ਜਿਹੜੀ ਉਹਨਾਂ ਦੇ ਖੁਸ਼ੀ ਵਿੱਚ ਉੱਠੀ ਗਈ, ਇਸ ਉਂਗਲ ਵਿੱਚੋਂ ਮੈਂ ਠੰਡਕ ਮਹਿਸੂਸ ਕਰਨਾ ਤੇ ਮਿੱਠਾ ਤੇ ਠੰਡਾ ਪਾਣੀ ਪੀਣਾ। ਇਹ ਮੈਂ ਹਦੀਸ ਜਿਹੜੀ ਵਿਦਾਨ ਕਰਨਾ ਬੁਖਾਰੀ ਬੁਖਾਰੀ ਵਿੱਚ। ਹੁਣ ਅੰਦਾਜ਼ਾ ਲਾ, ਕਾਫਿਰ ਦੀ ਉਂਗਲੀ ਉੱਠੇ ਕਮਲੀ ਵਾਲੇ ਦੀ ਬਿਲਾਵਤੀ ਖੁਸ਼ੀ ਵਿੱਚ, ਹਾਲਾਂਕਿ ਉਸਨੇ ਨਬੀ ਸਮਝ ਕੇ ਖੁਸ਼ੀ ਨਹੀਂ ਕੀਤੀ, ਉਸਦੇ ਪਤਲੀਆ ਸਮਝ ਕੇ ਕੀਤੀ। ਕਾਫਿਰ ਦੀ ਉਂਗਲੀ ਉੱਠੇ ਉਹਨੂੰ ਫਾਇਦਾ ਹੋ ਜਾਵੇ, ਅਤੇ ਮੋਮਨ ਖਰਚ ਕਰੇ ਤਾਂ ਕੋਈ ਫਾਇਦਾ ਨਾ ਹੋਵੇ। ਜਿਹੜਾ ਮਸਲਾ ਹੈ ਯਾਰ, ਸਾਨੂੰ ਸਮਝਾਓ ਨਾ, ਅਸੀਂ ਗਲਤ ਭਾਵੇਂ ਸਮਝਾਓ, ਹਮ ਸਮਝੇਗੇ। ਅੱਲਾਹ ਅਕਬਰ, ਇਹ ਸੌ ਸਹਾਇਤਾ ਕਹਿੰਦੀਏ, ਮੈਂ ਵਿਹੜੇ ਵਿੱਚ ਖਲੋਤੀ ਹਾਂ, ਜੇ ਆਸਮਾਨ ਦੇ ਸਿਤਾਰੇ ਚੁੱਕ ਕੇ ਸਾਡੇ ਵਿਹੜੇ ਵੱਲ ਆ ਗਏ, ਆਸਮਾਨ ਦੇ ਸਿਤਾਰੇ ਚੁੱਕ ਚੁੱਕ ਕੇ ਵਿਹੜੇ ਵੱਲ ਆਏ। ਅਗਰ ਕਾਮਨਾ ਫਰਮਾਨ ਨੇ ਮੇਰੇ ਮਕਾਨ ਨੂੰ ਸਬਜ਼ ਪਰਾਂ ਵਾਲਿਆਂ ਨੇ ਘੇਰ ਲਿਆ, ਸਬਜ਼ ਪਰਾਂ ਵਾਲਿਆਂ ਨੇ ਮਕਾਨ ਨੂੰ ਘੇਰ ਲਿਆ, ਔਰ ਜ਼ਮੀਨ ਤੋਂ ਲੈ ਕੇ ਅਰਸ਼ ਤੱਕ ਫਰਿਸ਼ਤੇ ਖੜੇ ਹੋ ਗਏ, ਅਰਸ਼ ਤੱਕ ਦਰਵਾਜ਼ੇ ਖੋਲ, ਨਿਦਾਈ ਦਰੀਚੇ ਖੋਲ ਦੋ ਐਵਾਨ ਕੁਦਰਤ ਕੇ, ਨਿਦਾਈ ਦਰੀਚੇ ਖੋਲ ਦੋ ਐਵਾਨ ਕੁਦਰਤ ਕੇ, ਨਜ਼ਾਰੇ ਖੁਦ ਕਰੇਗੀ। ਇੱਥੋਂ ਲੈ ਕੇ ਅਰਸ਼ ਤੱਕ ਦਰਵਾਜ਼ੇ ਖੁੱਲ ਗਏ, ਕਿਉਂ? ਅਰਸ਼ ਉੱਪਰ ਉਹ ਜਿਹੜਾ ਕੁੱਲਾ ਮਾਤਾ ਲਾ ਮਕਾਨ ਦਾ ਰਹਿਣ ਵਾਲਾ ਹੈ, ਉਹਨੇ ਉੱਥੋਂ ਦੇਖੇ ਖੁਦ ਕਰੇਗੀ। ਆਜ ਕੁਦਰਤ ਸ਼ਾਨ ਕੁਦਰਤ ਨਜ਼ਾਰੇ ਖੁਦ ਕਰੇਗੀ, ਆਜ ਕੁਦਰਤ ਸ਼ਾਨ ਕੁਦਰਤ ਆਈ ਦਰੀਚੇ ਖੋਲ ਦੋ ਐਵਾਨ ਕੁਦਰਤ ਕੇ, ਆਸਮਾਨਾਂ ਦੇ ਦਰਵਾਜ਼ੇ ਖੋਲ ਦਿਓ, ਬੈਤਲ ਮਾਮੂਲ ਦੇ ਦਰਵਾਜ਼ੇ ਖੋਲ ਦਿਓ, ਸਿਵਾ ਦੇ ਦਰਵਾਜ਼ੇ ਖੋਲ ਦਿਓ, ਕੁਰਸੀ ਦੇ ਦਰਵਾਜ਼ੇ ਖੋਲ ਦਿਓ, ਅਸ਼ ਦੇ ਦਰਵਾਜ਼ੇ ਖੋਲ ਦਿਓ, 70,000 ਪਰਦਿਆਂ ਦੇ ਦਰਵਾਜ਼ੇ ਖੁੱਲ ਜਾਣੇ ਚਾਹੀਦੇ ਨੇ, ਕਿਉਂਕਿ ਨਜ਼ਾਰੇ ਖੁਦ ਕਰੇਗੀ। ਆਜ ਕੁਦਰਤ ਸ਼ਾਨ ਕੁਦਰਤ ਕੇ, ਨਜ਼ਾਰੇ ਖੁਦ ਕਰੇਗੀ, ਆਜ ਕੁਦਰਤ ਸ਼ਾਨ ਕੁਦਰਤ ਕੇ, ਨਜ਼ਾਰੇ ਖੁਦ ਕਰੇਗੀ, ਆਜ ਕੁਦਰਤ ਸ਼ਾਨ ਕੁਦਰਤ ਕੇ। ਪਰਮਾਤਮਾ ਨੇ ਮਕਾਨ ਨੂੰ ਦਿਸ਼ਿਆ ਔਰ ਸਬਜ਼ ਪਰਾਂ ਵਾਲਿਆਂ ਘੇਰ ਲਿਆ, ਕੁਛ ਔਰਤਾਂ ਲੰਮੀਆਂ ਗਰਦਨਾਂ ਵਾਲੀਆਂ ਸਬੈਦ ਪੂਰਾ ਉਹਦੇ ਕੋਲ ਬੈਠੀਆਂ, ਇਹ ਮਰਜ਼ਮ ਤੇ ਆਸੀਆ ਮੇਰੇ ਕੋਲ ਬੈਠੀ, ਅਸੀਂ ਤਸੱਲੀ ਦੇ ਰਹੀਆਂ ਕਿ ਬਿਲਕੁਲ ਘਬਰਾਹਟ ਵਾਲੀ ਗੱਲ ਕੋਈ ਨਹੀਂ, ਉਧਰ ਤਿਆਰੀਆਂ ਹੋ ਗਈਆਂ, ਹਜ਼ੂਰ ਆ ਰਹੇ ਨੇ, ਹਜ਼ੂਰ ਤਸ਼ਰੀਫ ਲਿਆ ਰਹੇ ਨੇ, ਸ਼ੋਰ ਮਚ ਗਿਆ ਜੰਗਲ ਦੇ, ਦਰਿੰਦੇ ਤਰਿੰਦੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ, ਮੁਬਾਰਕ ਹੋਇਆ ਗਿਦੜਾ ਤੈਨੂੰ ਤੇ ਮੁਬਾਰਕ ਹੋਇਆ ਭੇੜੀਆ ਤੈਨੂੰ ਤੇ ਸ਼ੇਰਾ ਤੈਨੂੰ ਅਤੇ ਰਿਕਸ਼ਾ ਤੈਨੂੰ ਮੁਬਾਰਕ ਹੋਵੇ, ਔਰ ਰਿਕਸ਼ਾ ਤੈਨੂੰ ਮੁਬਾਰਕ ਹੋਵੇ। ਜੰਗਲ ਦੇ ਪੇਟ ਜਾਨਵਰ ਸੀ ਉਹਨਾਂ ਦੀ, ਜੰਗਲ ਦੇ ਜਾਨਵਰ ਇੱਕ ਦੂਸਰੇ ਮੁਬਾਰਕਬਾਦ, ਮਵਾਬੁਲ ਦੁਨੀਆ ਕਿਤਾਬ ਦਾ ਨਾਮ ਲਵਾਂ, ਮਵਾਬੁਲ ਦੁਨੀਆ ਕਿਤਾਬ ਸ਼ਫਾ ਦੇ ਤਾਰੀਫ, ਗੂਗਲ ਮੁਸਤਫਾ ਖੋਲ ਕੇ ਦੇਖੋ, ਸੀਰਤ ਅਲਬੀਆ ਦੇਖੋ, ਸੀਰਤ ਸ਼ਾਮ ਦੇਖੋ, ਮਦਾਰਜ ਨਬੂਵਤ ਦੇਖੋ, ਉੱਥੇ ਲਿਖਿਆ ਜੰਗਲ ਦੇ ਤਿਰੰਗੇ, ਔਰ ਰਿਕਸ਼ਾ ਤੈਨੂੰ ਮੁਬਾਰਕ ਹੋਵੇ, ਔਰ ਰਿਕਸ਼ਾ ਤੈਨੂੰ ਮੁਬਾਰਕ ਹੋਵੇ, ਉਹ ਭੇੜੀਆ ਤੈਨੂੰ ਮੁਬਾਰਕ ਹੋਵੇ, ਉਹ ਸ਼ੇਰ ਤੈਨੂੰ ਮੁਬਾਰਕ ਹੋਵੇ, ਉਹ ਜਿਗੜਾ ਤੈਨੂੰ ਮੁਬਾਰਕ ਹੋਵੇ। ਇਹ ਜੰਗਲ ਦੇ ਤਿਰੰਗੇ ਇੱਕ ਦੂਏ ਆਹ ਰਾਤ ਮਗਰਬ ਦੀ ਮਸ਼ਰਕ ਵਲਤ, ਮਸ਼ਰਕ ਦੀ ਮਗਰਬ,
ਆਓ ਮੁਬਾਰਕਬਾਦ ਕਿਉਂ ਅਖੇਤ ਵਾਸਤੇ ਕਰਕੇ ਆਹਾ ਅੱਜ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਆਉਣ ਵਾਲੇ ਨੇ ਤੇਰੀਆਂ ਤੇ ਜਾਨਵਰਾਂ ਨੇ ਮੁਬਾਰਕਬਾਦਾਂ ਦਿੱਤੀਆਂ ਤੇ ਠੰਡੀ ਠੰਡੀ ਹਵਾ ਚੱਲੀ ਠੰਡੀ ਤੁਸਾਂ ਸੁਬਾਹ ਨਹੀਂ ਮਹਿਸੂਸ ਕੀਤੀ ਅੱਜ ਸੁਬਾਹ ਵਜ਼ੀਰਾਬਾਦ ਸਖਤ ਗਰਮੀ ਜਿਲੈਨ ਵਕਤ ਦਾ ਮੈਂ ਉਹ ਤਕਲੀਫ ਕਰ ਰਿਹਾ ਮੈਂ ਰਾਤੀ ਦੋ ਤਕਲੀਫਾਂ ਵਜ਼ੀਰਾਬਾਦ ਕੀਤੀ ਗਏ ਅੱਜ ਕੱਲ ਵਜ਼ੀਰਾਬਾਦ ਦੋ ਜਲਸੇ ਨਿੱਕੇ ਜਿਹੇ ਸ਼ਹਿਰ ਅੱਜ ਵੀ ਗਲਤ ਰਹੇ ਕੱਲ ਵੀ ਗਲਤ ਹੈ ਔਰ ਮੈਨੂੰ ਧਿਆਨ ਨਹੀਂ ਮਿਲਿਆ ਮੈਨੂੰ ਕਿਹਾ ਬੰਦਾ ਕਿਸੇ ਗਲਤ ਹੈ ਮੈਨੂੰ ਧਿਆਨ ਮਿਲਿਆ ਉਹ ਕਹਿੰਦੇ ਜਨਾਬ ਗੁਜਰ ਵੀ ਸਾਡੇ ਨਾਲ ਵਧੇ ਤੁਸੀਂ ਜਾ ਕੇ ਵੇਖਣਾ ਇਸ ਲਈ ਜਾਓ ਇਸ ਵੇਲੇ ਸਾਡੇ ਐਸ ਡੀ ਐਮ ਸਾਹਿਬ ਤੇ ਸਾਰੇ ਸੰਜੇ ਉਸ ਕਮੇਟੀ ਦਾ ਮੈਂ ਵੀ ਮੈਂਬਰ ਬਦਮੇ ਮੀਲਾਦ ਉਨਤੀਆ ਇਸ ਵੇਲੇ ਨਾਮ ਬਣ ਰਿਹਾ ਹੈ ਜਿਹਨਾਂ ਲੋਕਾਂ ਵਿੱਚ ਅਵਲ ਦਰਜਾ ਹੈ ਅਵਲ ਦਰਜੇ ਦਾ ਨਾਮ 200 ਜਿਹਨਾਂ ਦਾ ਗੇਟ ਅਵਲ ਦਰਜਾ 200 ਉੱਥੇ ਜਿਹਨੇ 1000 ਰੁਪਏ ਤਕਸੀਮ ਹੋ ਜਾਣ ਐਸੇ ਦਫਾ ਮਾਰ ਇੱਥੇ ਪੈਸਾ ਖਰਚ ਨਾ ਕਰਨਾ ਦੱਸਣਾ ਲਾਜ਼ਮੀ ਮੁਸ਼ਰੇ ਤੇ ਕਿਉਂ ਕੰਮ ਪੈਸਾ ਨਹੀਂ ਖਰਚ ਕਰਦੇ ਆਖਿਰ ਕੋਈ ਪਟਵਾਰੀ ਗਿਆ ਪਿੰਡੀ ਉਹਦੇ ਕੋਲ ਪੈਸਾ ਰੱਖਿਆ ਤੇ ਪੈਸਾ ਰੱਖਿਆ ਨਾ ਮੁੱਠੀ ਵਿੱਚ ਚੱਲਦੇ ਕਿਉਂ ਬੱਤੀ ਮੁੱਠੀ ਗਰਮੀਆਂ ਦਾ ਬਹੁਤ ਸਮਾਂ ਤੇ ਪਸੀਨਾ ਆਇਆ ਤੇ ਆਖਿਆ ਕਰੋ ਅੱਖੋ ਲੈ ਤੇ ਪਸੀਨਾ ਲਿਆ ਤੇ ਸਮਝਿਆ ਦੱਸਦਾ ਮਾਰਿਆ ਪੈਸਿਆ ਇਹ ਮਾਰਿਆ ਪੈਸਿਆ ਮੈਂ ਤੁਸੀਂ ਨਹੀਂ ਖਰਚ ਕਰੋ ਮਾਰਿਆ ਪੈਸਿਆ ਮੈਂ ਤੁਸੀਂ ਨਹੀਂ ਖਰਚ ਮੈਂ ਤੁਸੀਂ ਨਹੀਂ ਖਰਚ ਸਾਰੀਆਂ ਨੇ ਆਖਿਆ ਮੈਂ ਪੁੱਤਾ ਹੁਣ ਨੀ ਲਾ ਤੇ ਫਤਵਾ ਲਗਾਓ ਨਾ ਗਵਰਨਮੈਂਟ ਸਰਕਾਰੀ ਤੌਰ ਤੇ ਮਨਾ ਰਹੀ ਫਤਵਾ ਲਾਓ ਨਾ ਉਧਰ ਤਾਂ ਫਤਵਾ ਲੱਗਦਾ ਨੀ ਉਧਰ ਗੁੰਨੇ ਦੇ ਰੂਲ ਐਸਾ ਨਹੀਂ ਹੈ ਦੇਖੇ ਨਾ ਦੇਖੋ ਗਵਰਨਮੈਂਟ ਕੀ ਆਰ ਲੈਤਾ ਹੈ ਗਵਰਨਮੈਂਟ ਕੀ ਆਰ ਇਸ ਗਵਰਨਮੈਂਟ ਕੀ ਆਰ ਨੀ ਮੈਂ ਉਸ ਗਵਰਨਮੈਂਟ ਦੀ ਆਰ ਨਹੀਂ ਇਸ ਗਵਰਨਮੈਂਟ ਨੀ ਇਹ ਗਵਰਨਮੈਂਟ ਇਹ ਸਾਡੀ ਮੌਜੂਦਾ ਹੈ ਨਾ ਇਸ ਤੌਰ ਦੀ ਇੱਕ ਹੋਰ ਗਵਰਨਮੈਂਟ ਜਿਸ ਗਵਰਨਮੈਂਟ ਦਾ ਸਰਬਰਾ ਹਕੂਮਤ ਦਾ ਜਨਾਬ ਮੁਹੰਮਦ ਰਸੂਲਲਾ ਦੀ ਦਾਤ ਮੈਂ ਉਸ ਕੀ ਵੀ ਆਰ ਲੈਤਾ ਕਿਆ ਨਾ ਆਰ ਲਵਾਂ ਮੁੱਲਾ ਲੋਕ ਵੈਸੇ ਮਾਰਿਆ ਪੈਸੇ ਜਿੱਥੇ ਤੂੰ ਖਰਚ ਕਰਨਾ ਹੋਵੇ ਜੀ ਹਲਵਾ ਖਾਂਦੇ ਨੇ ਤੁਸੀਂ ਕਿਹਾ ਖਾ ਲਈ ਜਿੱਥੇ ਖਰਚ ਕਰਨਾ ਤੂੰ ਖਪਾ ਪਾ ਦੇ ਬਿਲਕੁਲ ਜੀ ਮੈਂ ਨਾਲ ਖਰਚ ਕਰਨਾ ਤੇ ਮਸਲੇ ਦੇ ਖਾ ਤੇ ਲਾਇ ਨਾ ਖਰਚ ਕਰਨਾ ਇਹਨੇ ਬਸ ਤੇ ਪਿੱਛੇ ਮਸਲੇ ਤੇ ਚਲਾ ਦੇਣਾ ਖਾਤੇ ਇਮਾਮ ਪਿੱਛੇ ਨਾ ਪਿੱਛੇ ਪੜਿਆ ਕਰੋ ਪਿੱਛੇ ਖਲੋ ਕੇ ਜ਼ਰੂਰ ਪੜਿਆ ਕਰੋ ਬਿਲਕੁਲ ਫਾਤਿਆ ਪੜਿਆ ਕਰੋ ਅੱਗੋਂ ਹੋਰ ਬਾਕੀ ਅੱਖੋ ਨਾ ਪੜੋ ਅਗਲੀ ਜ਼ਰੂਰ ਅਗਲੀ ਉਹ ਨਾ ਪੜੋ ਫਾਤਿਆ ਜ਼ਰੂਰ ਪੜੋ ਅਗਲੀ ਨਾ ਪੜੋ ਜੀ ਉਹ ਕਿਉਂ ਨਾ ਪੜੋ ਉਹਦੀ ਵੀ ਕੋਈ ਵਜ੍ਹਾ ਰੱਖੋ ਨਾ ਤੁਹਾਨੂੰ ਐ ਤੇ ਪੜ੍ਹਨੀ ਤੋਂ ਕਿਉਂ ਨਹੀਂ ਪੜ੍ਹਨੀ ਐ ਦੇਖੋ ਨਾ ਰੀਸ ਕਾਇਆ ਲਾਸ ਲਾਤਲ ਰੀਸ ਜੇ ਨੀ ਆ ਮਨ ਕਾ ਨਾ ਲਹੂ ਇਮਾਮ ਫਕੀਰਾ ਤੁਲ ਇਮਾਮ ਹੈ ਕਿਰਾ ਤੁਲ ਲਹੂ ਜਿਸ ਕੇ ਲੀਏ ਇਮਾਮ ਹੋ ਇਮਾਮ ਕੀ ਕਿਰਤ ਮੁਸਤਬੀ ਕੀ ਕਿਰਤ ਇਹ ਹਦੀਸ ਨਹੀਂ ਕਿਆ ਹਦੀਸ ਸਹੀ ਨਹੀਂ ਮੈਂ ਸਾਬਤ ਕਰਦਾ ਵੀ ਸਹੀ ਹੈ ਇਹ ਗੱਪਾਂ ਮਾਰਨੀਆਂ ਝਗੜੇ ਪਾ ਦੇਣੇ ਉਸ ਵੇਲੇ ਜਨਾਬ ਵਾਕਿਆ ਹੈ ਮੈਂ ਦੱਸਾਂ ਇੱਥੇ ਉਹ ਮੌਲਵੀ ਗੁਲਾਮ ਦਸ ਕਬੀਰ ਸਾਹਿਬ ਅੱਜ ਦੇ ਜਲਸੇ ਜਲਸੇ ਤੇ ਗਏ ਹੋਣੇ ਉਹਨਾਂ ਦੇ ਜਲਸੇ ਤੇ ਮੈਂ ਆਇਆ ਤੇ ਬਦਲ ਸ਼ਦਲ ਆਇਆ ਨਾ ਜਿਸਲੇ ਤੇ ਗੜਬੜ ਮੱਚੀ ਤੇ ਮੈਨੂੰ ਇਸ ਚੇਤ ਆ ਗਈ ਹੈ ਮੈਂ ਨਹੀਂ ਕਹਿਣਾ ਨਹੀਂ ਸਕਦਾ ਮੈਂ ਗੁਲਾ ਖੜਾ ਉਲਟਾ ਦੇ ਮੈਂ ਅਪਰਾ ਨਾ ਆਪਣੇ ਨਾਲ ਕੁਝ ਕਹਿਣਾ ਮੁੱਲਾ ਗਿਆ ਮੁੱਲਾ ਮੁੱਲਾ ਕਿਹੜਾ ਗਿਆ ਪੈਸਾ ਤੂੰ ਲਾਭ ਨਹੀਂ ਸਕਦਾ ਜਾ ਕੇ ਦੇਖ ਲਿਆ ਵਜ਼ੀਰਾਬਾਦ ਕਿਆ ਫਤਵੇ ਠੋਕੀ ਕਵਾਲ ਬੈਠੇ ਨੇ ਜਨਾਬ ਉਹਨਾਂ ਨੇ ਕਵਾਲੀ ਕੀਤੀ ਵਾਹ
500 ਰੁਪਏ ਹੋ ਗਏ ਚੱਲ ਫਿਰ ਡੱਟ ਕੇ ਸੀ ਤੂੰ ਬਦਲੇ ਲਾਉਂਦਾ ਤੇਰੇ ਕੋਲ ਫਤਵੀ ਨਹੀਂ ਹੋ ਕੇ ਮੁਸਲਮਾਨਾਂ ਹੀ ਕਾਫਰ ਕਰਨੇ ਕਾਫਰ ਤੇ ਤੇਰੇ ਜ਼ਰੀਏ ਮੋਮਨ ਹੁੰਦਾ ਨਹੀਂ ਨਾ ਕਿਆ ਤਮਾਸ਼ਾ ਤੁਮਨੇ ਬਣਾ ਰੱਖਾ ਹੈ ਗੱਪਾਂ ਮਾਰ ਦੇ ਇੱਕ ਬਿਸਤਰ ਬੰਦ ਪਾਰਟੀ ਵੀ ਜਦੋਂ ਲੜਾਈ ਨਹੀਂ ਨਾ ਜੰਗ ਜੰਗ ਮੈਨੂੰ ਗੱਲ ਯਾਦ ਹੈ ਜਦੋਂ ਜੰਗ ਹੋਈ ਨਾ ਜੰਗ ਉਹਨਾਂ ਨੇ ਗੱਡੀਆਂ ਆਉਂਦੀਆਂ ਨਾ ਬਸਤਰ ਬੰਦ ਉਹ ਪਹਿਲਾਂ ਫੌਜ ਵਿੱਚ ਕੋਈ ਕਿਸਮ ਰਾਮ ਨੇ ਪਤਾ ਬਸਤਰ ਬੰਦ ਗਾੜੀਆਂ ਤੇ ਮੈਨੂੰ ਇੱਕ ਬੰਦਾ ਦੌੜਦਾ ਹੈ ਮਸੀਤੀ ਅਜੇ ਜੀ ਮਸਿਓ ਉੱਠ ਜੀ ਦੁਆ ਕਰੋ ਇੰਡੀਆ ਬਿਸਤਰ ਬੰਦ ਗੱਡੀਆਂ ਲੈ ਆਇਆ ਇਹ ਬਿਸਤਰ ਬੰਦ ਪਾਰਟੀ ਦੇ ਪਤਾ ਉਹ ਕੀ ਕਰਦੀ ਹਰ ਮਸੀਤੀ ਜਾਂਦੀ ਤੇ ਜਾ ਕੇ ਨਾ ਉੱਥੇ ਬਹਿ ਜਾਣਾ ਤੇ ਉੱਥੇ ਬਹਿ ਕੇ ਅੱਗੇ ਖਲੋ ਜਾਣਾ ਉਹ ਬੈਠੇ ਅੱਗੇ ਬੈਠੇ ਅੱਗੇ ਖਲੋਤਾ ਉਸਨੇ ਆਖਿਆ ਅੱਛਾ ਹਜ਼ਰਾਤ ਅਬ ਆਸਾ ਕਰੇ ਆਪ ਅੱਲਾ ਦੀ ਰਾਹ ਮੈਂ ਹਰਕਤ ਕਰੇ ਅੱਲਾ ਦੀ ਰਾਹ ਮੈਂ ਹਰਕਤ ਕਰੇ ਉੱਥੇ ਆਪਣੀ ਸਿਕਰ ਕਰਦਾ ਕਬੂਲ ਕਰਨਾ ਤੁਸੀਂ ਕੀ ਕਰੋ ਕਬੂਲ ਅਸੀਂ ਸਰਚ ਕਰੀਏ ਤੇਰਾ ਕਬੂਲ ਯਾਦ ਕਰਦੇ ਐਡੀ ਬੇਇਨਸਾਫੀ ਦਾ ਅੱਲਾਹ ਅਕਬਰ ਮੈਂ ਤੁਸੀਂ ਇਹ ਡਾਲਾ ਬਲਾ ਉਹ ਆਖਿਆ ਨਾ ਜਰਾ ਹਰਕਤ ਕਰ ਹਰਕਤ ਕਰਨੀ ਜਿਹਨੇ ਉੱਠ ਕੇ ਨਾ ਉਸੇ ਤਰ੍ਹਾਂ ਉਹਦੇ ਬੱਚੇ ਉਹ ਨਿੱਕਿਆ ਬੱਚੇ ਆਪ ਪਕੜ ਕੇ ਲੱਤਾਂ ਬੱਚੇ ਕੀਸੀ ਕਰਾਰੀ ਜਾਂਦੀ ਇਹਨਾਂ ਨੇ ਫਿਰ ਆਖਿਆ ਪਿੱਛੇ ਦੁਆ ਮੰਗਣੀ ਯਾ ਅੱਲਾ ਇਹਨਾਂ ਨੇ ਜੋ ਤੇਰੇ ਨਾਮ ਹਰਕਤ ਕੀ ਹੈ ਇਸ ਕੋ ਕਬੂਲ ਹੋ ਤੁਹਾਡੀ ਕੀਸੀ ਕਬੂਲ ਹੋ ਜਾਏ